सिरमौर पत्रकार बेजे सिंह दृढ़ इरादे वाले अपने किते नूं समर्पित पत्रकार सन। ਉਹ ਆਪਣੇ ਕਿਤੇ ਨਾਲ ਭਾਵਕ ਤੌਰ ਤੇ ਇਸ ਕਦਰ ਜੁੜੇ ਹੋਏ ਸਨ ਕਿ ਅਖੀਰਲੇ ਸਮੇਂ ਤੱਕ ਵੀ ਉਹ ਪੱਤਰਕਾਰੀ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਰਹੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਅਜੀਤ ਦੇ ਸੀਨੀਅਰ ਸਟਾਫ ਰਿਪੋਰਟਰ ਸਰਦਾਰ ਮੇਜਰ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੇਜਰ ਸਿੰਘ ਦੇ ਇਸ ਤਰ੍ਹਾਂ ਬੇਵਕਤ ਤੁਰ ਜਾਣ ਦਾ ਯਕੀਨ ਨਹੀਂ ਹੋ ਰਿਹਾ। ਇੱਕ ਇਨਸਾਨ ਜੋ ਕੁਝ ਦਿਨ ਪਹਿਲਾਂ ਤੱਕ ਚੰਗਾ ਭਲਾ ਗੱਲਾਂ ਕਰ ਰਿਹਾ ਸੀ ਤੇ ਹਰ ਰੋਜ਼ ਉਹਨਾਂ ਨੂੰ ਮਿਲਦਾ ਸੀ ਤੇ ਉਸ ਦੇ ਅਚਾਨਕ ਇਸ ਤਰ੍ਹਾਂ ਰੁਖਸਤ ਹੋਣ ਦੀ ਖਬਰ ਗਹਿਰੇ ਸਦਮੇ ਵਾਲੀ ਸੀ। ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਸਰਦਾਰ ਮੇਜਰ ਸਿੰਘ ਨਾਲ ਆਪਣੀਆਂ ਦਹਾਕਿਆਂ ਪੁਰਾਣੀ ਸਾਂਝ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਜਿੱਥੇ ਇੱਕ ਸੁਲਝੇ ਹੋਏ ਅਤੇ ਉੱਚ ਕੋਟੀ ਦੇ ਤਜਰਬੇਕਾਰ ਪੱਤਰਕਾਰ ਸਨ, ਉੱਥੇ ਇੱਕ ਬਹੁਤ ਹੀ ਨਿੱਘੇ ਅਤੇ ਮਿੱਠੇ ਸੁਭਾਅ ਵਾਲੇ ਪਿਆਰੇ ਇਨਸਾਨ ਵੀ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮੇਜਰ ਸਿੰਘ ਹੋਰਾਂ ਦੇ ਅਚਾਨਕ ਚਲੇ ਜਾਣ ਦਾ ਯਕੀਨ ਨਹੀਂ ਆਉਂਦਾ। ਇਸ ਕਰਕੇ ਕਿ ਅਖੀਰ ਤੱਕ ਇੱਕ ਦੋ ਦਿਨ ਬਿਮਾਰ ਹੋਏ, ਉਸ ਤੋਂ ਬਾਅਦ ਅਚਾਨਕ ਸਵਰਗਵਾਸ ਹੋ ਗਏ। ਅਖੀਰ ਤੱਕ ਉਹ ਪੂਰੀ ਤਰ੍ਹਾਂ ਆਪਣੇ ਕੰਮ ਵਿੱਚ ਸਰਗਰਮ ਰਹੇ। ਕਦੀ ਜੇਕਰ ਉਹਨਾਂ ਨੂੰ ਕੋਈ ਸਰੀਰਕ ਤਕਲੀਫ ਵੀ ਮਹਿਸੂਸ ਹੁੰਦੀ ਸੀ ਤਾਂ ਬਹੁਤ ਕਦੀ ਸਾਂਝੀ ਨਹੀਂ ਸੀ ਕਰਦੇ। ਜੇ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਮੇਜਰ ਜੀ ਤੁਸੀਂ ਇੱਥੇ ਜਾਓ, ਅਤੇ ਉਹ ਕਦੀ ਵੀ ਨਾ ਨਹੀਂ ਸੀ ਕਰਦੇ। ਉਹ ਇਨਸਾਨ ਉਹ ਬਹੁਤ ਪਿਆਰੇ ਇਨਸਾਨ ਸੀ, ਬੜੀ ਵਧੀਆ ਸ਼ਖਸੀਅਤ ਸੀ, ਜਿਹੜਾ ਲਗਾਤਾਰ ਤੁਹਾਡੇ ਨਾਲ ਸੰਪਰਕ ਕਰਿਆ ਹੋਵੇ, ਰੋਜ਼ ਤੁਹਾਨੂੰ ਮਿਲਦਾ ਹੋਵੇ, ਵਿਚਾਰ ਵਟਾਂਦਾ ਸਾਂਝਾ ਕਰਦੇ ਹੋਈਏ, ਉਸ 'ਤੇ ਅਚਾਨਕ ਚਲੇ ਜਾਣ ਨਾਲ ਦਾ ਯਕੀਨ ਕਰਨਾ ਬਹੁਤ ਔਖਾ। ਜਿੱਥੋਂ ਤੱਕ ਮੇਜਰ ਸਿੰਘ ਦੀ ਪੱਤਰਕਾਰੀ ਦਾ ਸੰਬੰਧ ਹੈ, ਉਹ ਪਿਛਲੇ ਕੋਈ 3 ਦਹਾਕਿਆਂ ਤੋਂ ਅਜੀਤ ਨਾਲ ਸਾਡੇ ਨਾਲ ਜੁੜੇ ਰਹੇ। ਉਸ ਤੋਂ ਪਹਿਲਾਂ ਅਰਸ਼ੀ ਜੀ ਬੈਠੇ ਆ, ਉਹਨਾਂ ਨੇ ਵੀ ਜ਼ਿਕਰ ਕੀਤਾ। ਉਹ ਆਪਣੇ ਕਾਲਜ ਦੇ ਵੇਲੇ ਤੋਂ ਉਹਨਾਂ ਨੇ ਉਸ ਸਮੇਂ ਜਿਹੜੀਆਂ ਪ੍ਰੋਗਰੈਸਿਵ ਖੱਬੇ ਪੱਖੀ ਜਿਹੜੀਆਂ ਲਹਿਰਾਂ ਚੱਲੀਆਂ, ਉਹਦੇ 'ਚ ਉਹਨਾਂ ਨੇ ਪੂਰੇ ਦਿਲਜਮੀ ਨਾਲ, ਗੰਭੀਰਤਾ ਨਾਲ ਇੱਕ ਉਦੇਸ਼ ਨੂੰ ਲੈ ਕੇ ਉਹਨਾਂ ਨੇ ਉਸ ਦੇ ਨਾਲ ਬੜੇ ਜੁੜੇ ਰਹੇ। ਜਲੰਧਰ ਆ ਕੇ ਵੀ ਉਹਨਾਂ ਨੇ ਆਪਣੇ ਇਹਨਾਂ ਵਿਚਾਰਾਂ 'ਤੇ ਲਗਾਤਾਰ ਪਹਿਰਾ ਦਿੱਤੀ ਹੋਈ। 90 ਜਦੋਂ ਅਜੀਤ ਆਏ ਉਦੋਂ ਵੀ ਉਹ ਆਪਣੇ ਵਿਚਾਰਾਂ ਦੇ ਬੜੇ ਪੱਕੇ ਸੀ। ਉਹ ਗੁੱਸੇ ਵਾਲੇ ਨਹੀਂ ਸੀ, ਕਦੀ ਗੁੱਸਾ ਨਹੀਂ ਸੀ ਕਰਦੇ, ਘੱਟੋ ਘੱਟ ਮੈਂ ਉਹਨਾਂ ਨੂੰ ਕਦੀ ਗੁੱਸੇ 'ਚ ਨਹੀਂ ਰੱਖਿਆ। ਵਿਚਾਰਾਂ ਦਾ ਆਦਾਨ ਪ੍ਰਦਾਨ ਉਹ ਜ਼ਰੂਰ ਕਰਦੇ ਸੀ, ਪਰ ਜਿਵੇਂ ਕੰਵਰਪਾਲ ਹੋਰਾਂ ਨੇ ਵੀ ਜ਼ਿਕਰ ਕੀਤਾ, ਉਹ ਆਪਣੀ ਗੱਲ ਜ਼ਰੂਰ ਉਹ
ਕਹਿੰਦੇ ਸੀ ਉਹ ਉਹਨਾਂ ਨੂੰ ਮਹਾਰਤ ਸੀ ਚਾਹੇ ਉਹਨਾਂ ਨਾਲ ਕਈ ਗੱਲਾਂ 'ਤੇ ਕਈ ਮਸਲਿਆਂ 'ਤੇ ਉਹਨਾਂ ਦੀ ਪਹੁੰਚ ਨਾਲ ਮੈਂ ਸਹਿਮਤ ਨਹੀਂ ਸੀ ਹੁੰਦਾ ਪਰ ਜਦੋਂ ਲਿਖਦੇ ਸੀ ਜਿਸ ਢੰਗ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਉਹ ਲਿਖਦੇ ਸੀ ਉਸ ਤੋਂ ਲੱਗਦਾ ਸੀ ਕਿ ਇਹ ਗੱਲ ਜਿਹੜੀ ਆ ਆਪਣੇ ਸਮਾਜ ਨਾਲ ਜ਼ਰੂਰ ਸਾਂਝੀ ਕਰਨੀ ਅਤੇ ਅਜੀਤ ਪਰਿਵਾਰ ਦਾ ਮੈਂਬਰ ਇਸ ਪਰਿਵਾਰ ਦੇ ਬੱਚੇ ਸਾਡੇ ਬੱਚੇ ਰਹੇ ਅਸੀਂ ਹਮੇਸ਼ਾ ਉਹਨਾਂ ਨੂੰ ਆਪਣੇ ਬੱਚੇ ਸਮਝਦੇ ਰਹੇ ਪਰਿਵਾਰ ਦਾ ਇੱਕ ਵੱਡਾ ਮੈਂਬਰ ਹੋਣ ਦੇ ਨਾਤੇ ਇੰਨੀ ਲੰਬੀ ਐਸੋਸੀਏਸ਼ਨ ਭਾਵਕ ਸਾਂਝ ਹੋਣ ਦੇ ਨਾਤੇ ਮੈਂ ਤੁਹਾਡੇ ਸਾਰਿਆਂ ਦਾ ਤੁਹਾਡਾ ਵੀ ਸਾਰਿਆਂ ਦਾ ਜਿਵੇਂ ਤੁਸੀਂ ਆਏ ਹੈ ਤੁਹਾਨੂੰ ਪਤਾ ਇਹ ਬੜਾ ਉਹਨਾਂ ਨਾਲ ਗੂੜਾ ਅਤੇ ਲੰਬਾ ਰਿਸ਼ਤਾ ਰਿਹਾ ਉਹਨਾਂ ਦੀ ਸ਼ਖਸੀਅਤ ਮਿਹਨਤ ਦੀ ਉਹ ਤੁਸੀਂ ਵੀ ਬੜੇ ਪ੍ਰਭਾਵਿਤ ਰਹੇ ਹੈ ਉਹ ਮੈਂ ਇੱਕ ਉਪਚਾਰਕਤਾ ਬਸ ਇਸ ਪਰਿਵਾਰ 'ਚ ਵੱਡਾ ਹੋਣ ਕਰਕੇ ਪਰਿਵਾਰ ਵੱਲੋਂ ਆਪਣੇ ਸਾਰੇ ਅਜੀਤ ਦੇ ਸਾਥੀਆਂ ਵੱਲੋਂ ਆਪਣੇ ਵੱਲੋਂ ਜਿੱਥੇ ਉਸ ਬਿਹਤਰੀਨ ਇਨਸਾਨ ਨੂੰ ਆਪਣੀ ਸ਼ਰਧਾ ਦੇ ਕੋਲ ਪੇਸ਼ ਕਰਦਾ ਉੱਥੇ ਮੈਂ ਤੁਹਾਡਾ ਸਭ ਦਾ ਬਹੁਤ ਰਿਣੀ ਹਾਂ ਕਿ ਤੁਸੀਂ ਇਹਨਾਂ ਘੜੀਆਂ ਵਿੱਚ ਆ ਕੇ ਸ਼ਾਮਿਲ ਹੋ ਕੇ ਸਾਡੇ ਜਿਹੜੇ ਦੁੱਖ ਦਾ ਘਾਟਾ ਜਿਹੜਾ ਉਹਨੂੰ ਪੂਰਾ ਕਰਨ ਦਾ ਯਤਨ ਕੀਤਾ ਅਤੇ ਮੇਰਾ ਯਕੀਨ ਹੈ ਕਿ ਸਾਡੇ ਮਨਾਂ ਅੰਦਰ ਉਸ ਵਧੀਆ ਇਨਸਾਨ ਬਹੁਤ ਅੱਛੇ ਪੱਤਰਕਾਰ ਦੀ ਯਾਦ ਹਮੇਸ਼ਾ ਬਣੀ ਰਹੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਭ ਦਾ ਇੱਕ ਵਾਰ ਰੇਣੀ ਆ ਧੰਨਵਾਦ ਕਰਦਾ ਅਤੇ ਮੇਰਾ ਇਹ ਯਕੀਨ ਹੈ ਕਿ ਸਾਡੇ ਮਨ ਸ਼ਬਦਾਂ ਦੀ ਯਾਦ ਹਮੇਸ਼ਾ ਬਣੀ ਰਹੇਗੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਮੌਕੇ ਤੇ ਹੋਰ ਵੱਖ ਵੱਖ ਸ਼ਖਸੀਅਤਾਂ ਵੱਲੋਂ ਸਰਦਾਰ ਮੇਜਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਾਜ਼ਰੀ ਚ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਾਟ ਜੀ ਸਮਾਂ ਕਿਉਂਕਿ ਪੱਤਰਕਾਰੀ ਦੇ ਬਹੁਤ ਵੱਡੇ ਸਤੰਭ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਰਦਾਰ ਮੇਜਰ ਸਿੰਘ ਜੀ ਉਹਨਾਂ ਦੇ ਯਾਦ ਵਿੱਚ ਆਪਾਂ ਇਕੱਤਰ ਹੋਏ ਬਹੁਤ ਕੁਛ ਉਹਨਾਂ ਬਾਰੇ ਕਿਹਾ ਗਿਆ ਔਰ ਮੈਂ ਸਮਝਦਾ ਕਿ ਜਿਹੜਾ ਮੀਡੀਆ ਹੈ ਉਸਦਾ ਵੀ ਦੇਸ਼ ਔਰ ਸਮਾਜ ਦੇ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਔਰ ਮੀਡੀਆ ਇੱਕ ਕਿਸਮ ਦਾ ਪੋਲੀਟੀਕਲ ਸੋਸ਼ਲ ਐਡਮਿਨਿਸਟ੍ਰੇਸ਼ਨ ਇਸ ਦੇ ਵਾਚਡੌਗ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਔਰ ਮੈਂ ਬਹੁਤ ਲੰਬੇ ਅਰਸੇ ਤੋਂ 1990 ਤੋਂ ਮੇਜਰ ਸਿੰਘ ਜੀ ਨੂੰ ਨਜ਼ਦੀਕ ਤੋਂ ਦੇਖ ਕੇ ਔਰ ਮੈਂ ਸਮਝਦਾ ਕਿ ਇੰਨਾ ਬੈਲੈਂਸ ਪੱਤਰਕਾਰੀ 'ਚ ਕੋਈ ਮੈਂ ਪੱਤਰਕਾਰ ਨਹੀਂ ਦੇਖਿਆ ਔਰ ਹਰ ਕੜੀ ਵਿੱਚ ਚਾਹੇ ਉਹ ਟੈਰਰਿਜ਼ਮ ਸੀ ਚਾਹੇ ਆ ਹੁਣ ਆ ਜਿਹੜਾ ਘੱਲੂਘਾਰਾ ਚੱਲ ਰਿਹਾ ਫਾਰਮਰਸ ਦਾ ਇੱਦਾਂ ਦੇ ਜਿਹੜੇ ਈਵੈਂਟ ਸੀ ਉਹਨਾਂ ਨੂੰ ਬਹੁਤ ਹੀ ਨਜ਼ਦੀਕ ਤੋਂ ਉਪਰ ਕਰਦੇ ਹੁੰਦੇ ਸੀ ਜਾਂਦੇ ਔਰ ਭਾਅ ਜੀ ਦੇ ਨਾਲ ਅਜੀਤ ਅਖਬਾਰ ਦਾ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਅੰਗ ਉਭਰ ਕੇ ਉਹਨਾਂ ਨੇ ਇੱਥੇ ਹੀ ਨਹੀਂ ਦੇਸ਼ ਔਰ ਵਿਦੇਸ਼ ਵਿੱਚ ਵੀ ਉਹਨਾਂ ਨੇ ਆਪਣਾ ਨਾਂ ਕਾਇਮ ਕੀਤਾ ਹੈ ਔਰ ਮੈਂ ਇਹ ਵੀ ਮਹਿਸੂਸ ਕਰਦਾ ਕਿ ਅਸੀਂ ਸਾਰੇ ਪੋਲੀਟੀਕਲ ਪਾਰਟੀਆਂ ਬੈਠੇ ਹਾਂ ਕਦੇ ਵੀ ਅਸੀਂ ਮੇਜਰ ਸਿੰਘ ਵਿੱਚ ਇਹ ਮਹਿਸੂਸ ਨਹੀਂ ਕੀਤਾ ਕਿ ਸਾਡੇ ਵਿਰੋਧ ਹੈ ਜਾਂ ਸਾਡੇ ਹੱਕ ਲੈ ਲਿਆ ਉਹਨੂੰ ਜ਼ਿਆਦਾ ਕਿਉਂਕਿ ਇੰਨਾ ਬੈਲੈਂਸ ਪਰਸਨੈਲਿਟੀ ਬਹੁਤ ਪੱਤਰਕਾਰੀ ਵਿੱਚ ਘੱਟ ਮਿਲਦੀ ਹੈ ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਪੱਤਰਕਾਰ ਫੀਲਡ ਵਿੱਚ ਇਸ ਤਰ੍ਹਾਂ ਦੇ ਸ਼ਖਸੀਅਤ ਦਾ ਚਲੇ ਜਾਣਾ ਸਮਾਜਿਕ ਤੌਰ 'ਤੇ ਵੀ ਔਰ ਖਾਸ ਕਰਕੇ ਮੀਡੀਆ ਵਿੱਚ ਬਹੁਤ ਵੱਡਾ ਘਾਟਾ ਪਿਆ ਸ਼੍ਰੋਮਣੀ ਅੱਜ ਅਸੀਂ ਸਾਰੇ ਸਾਧ ਮੇਜਰ ਸਿੰਘ ਜੀ ਦੀ ਅੰਤਿਮ ਅਰਦਾਸ ਦੀ ਸਤਿਗੁਰਾਂ ਦੀ ਗੋਦ ਵਿੱਚ ਇਕੱਤਰ ਹੋਏ ਹਾਂ ਜਿਹਾ ਚਿਰੀ ਲਿਖਿਆ ਤਿਆਂ ਹੁਕਮ ਕੁਮਾਰੇ
कले अपने नानका सदे उठ जाए दे मां बाप अनुसार इस दुनिया ते जो भी प्राणी आंदा है वो अपना मरण का समा निश्चित करके आता है। सार मेजर सिंह जी भी अपनी जिंदगी दे विच उन्होंने उधर मालवे खेतर दे विच जन्म लैके उधर अपनी पार्टी दे विच काम किया, फिर जलंधर दे विच वो आए ते अजीत अखबार दे नाल अजीत समूह दे नाल जुड़े ते उन्होंने सार ब्रजिंदर सिंह जी हमदर जिन्होंने पत्रकारिता दे विच बड़े बड़े वीर पत्र साहब कीते ने उन्होंने उस सोच ते भी पहरा दिता ते अपनी गल करन दी भी हिम्मत रखते रहे। उन्हां दी सोच वर्गे पत्रकार अज इस दुनिया तों घटदे जांदे ने। उन्होंने जिस हिसाब नाल अपनी पत्रकारी अपनी जिंदगी दे विच कीती उन्होंने कदी भी अपनी पत्रकारिता नूं कदी अपने सर्टिफिकेट्स वास्ते यूज नहीं किया। ये मैं पिछले दिनों दे विच जदों उन्हां दा संस्कार होया उस तों बाद जिन्ने भी लोग मैनूं मिले ने उन्होंने इस गल की उन्होंने बड़ी तारीफ की है। अज साडा पंजाब इहो जिहे पत्रकार तों वांझा हो गया उन्होंने इस अकाल चलाने के नाल जिथे अजीत अखबार समूह नूं भी घाटा पिया उत्थे साडे पंजाब की पत्रकारिता नूं ते सानू सारे लोगों को बहुत वड्डा घाटा पिया। मैं उस हिचकी रूह के चरणों में अरदास करता सच्चे पातशाह उस रूह में अपने चरणों में निवास बख्शन ते परिवार को गुरमत अनुसार पावन का दल बख्शन। अज साडे पार्टी के प्रधान श्रोमणी अकाली दल डेमोक्रेटिक के प्रधान सार सुखदेव सिंह ढींसा जी ने इस दुख की घड़ी के शरीक होना सी पर किसी जरूरी रुझेवे करके नहीं पहुँच सके। मैंने उन्होंने हुक्म किया साड़ी हाजरी लवा देना। मैं उन्होंने वालों भी श्रोमणी अकाली दल डेमोक्रेटिक के प्रधान सार सुखदेव सिंह ढींसा जी वालों भी इस दुख के समय के अजीत समूह के नाल दुख का प्रकाशा करता इन्हें लक्षण के मदद कर देता। वाहेगुरू जी का खालसा वाहेगुरू जी। मेजर सिंह साडे वड्डे वीर सीगे जी, साडे कॉलेजों पढ़े असी बहुत चिरां तों एक दूसरे दे बहुत साडे खास मित्र सी। और मैं समझदा कि जिहड़ी भी कोई जिवें सरदार बजिंदर सिंह हुण हमदार साहब उन्होंने दस्सिया जी, क्योंकि मैं उन्हां दा देखिया कि उन्हां नाल बहुत वड्डा प्यार सी। मैं जिन्नी वारी भी पंजाब आउणा इंडिया आउणा ते जदों जलंधर आईदा ते अजीत अखबार सरदार बजिंदर सिंह उन्हां नूं जरूर मिलण जाईदा। और जदों भी मिलण जांदे हुंदे सी तां मैं देखिया कि मेजर सिंह भी उत्थे जरूर ऑफिस होंदे सी जां भाजी उत्थे उन्हां नूं बुला लैंदे सी। सो उन्हां दा बहुत वड्डा उन्हां दा प्यार सीगा ते मैं समझदा कि ये जिथे एक परिवार नूं बहुत वड्डा घाटा पिया, उन्हां दे परिवार नूं उन्हां दे बच्चियां नूं बहुत वड्डा घाटा पिया, उत्थे साडी अजीत अखबार नूं भी एक बहुत वड्डा घाटा पिया। जदों भी वह इंग्लैंड आउंदे सी एंड मेरे कोल आउंदे हुंदे सीगे असीं गल्लां करदे हुंदे सीगे कि अजीत अखबार दा इत्थे भी ऑफिस बनाईए असीं लंडन जां बर्मिंगम बनाईए। सो वह फिर मुड़ के एक दो बारी फिर मुड़ के आए गल्लां बातें हुई, उस तो बाद भाजी फिर गए इंग्लैंड तो असी उत्थे ऑफिस भी बनाया। तो मेजर सिंह का मैं जिथे मेरा वड्डा भरा सी असी कट्ठे ही एक कॉलेज पढ़े हाँ बहुत बारी सारे मिलते हैं उत्थे बहुत वड्डा मैं उहदा फैन भी सीगा क्योंकि जदों मैं अजीत अखबार मैनू चेता आ मैं इंडिया तो बाई पोस्ट लवाई सी उदों तो वह पाँच दिन बाद मैनू अखबार मिलती होंगी सी जद अज दी फ्राइडे जाके मिलनी तो साढ़े लिए भी नवी लगती होंगी सी। तो जो अखबार तुम लेंदे तो भाजी उन्होंने एडिटोरियम के नाल मेजर सिंह की कोई न्यूज़ जरूर लभदे होंगे सी कि क्योंकि वड्डी तो वड्डी जिहड़ी भी कोई खबर होंगी सी वो मेजर सिंह ही कवर करते। सो मैं समझदा जिथे एक घरदियां नूं परिवार नूं बहुत वड्डा घाटा पिया उत्थे साडी पंजाबीयत नूं बहुत वधिया लिखदे सी और साडी अखबार नूं अजीत अखबार नूं बहुत वड्डा घाटा पिया। ये सारे परिवार उन्हां दे परिवार नाल और अजीत परिवार दे नाल हमेशा असीं खड़े हाँ और खड़े रहांगे। और मैं उस वाहिगुरू सच्चे पातशाह अगे अरदास करदा कि सरदार मेजर सिंह उन्होंने अपने चरण कमलों प्यार देन जगह देन एंड उन्होंने परिवार को भाणा मनण का बल बख्श। सत श्री अकाल। बहुत ही सत्कारयोग सरदार मेजर सिंह जी जेडे कि अजीत अखबार के सी उन्होंने बेवक्त मौत के नाल बहुत वड्डा घाटा पिया। अदारा अजीत नूं बहुत वड्डा घाटा पिया, समाजिक तौर के उत्ते सानूं बड़ा घाटा पिया और एक राजनीति दे विच परपक्ष पत्रकारिता दे विच ओह निपुण सी और हमेशा ही उन्होंने पॉजिटिव जिहड़ी पत्रकारिता कीती है और हमेशा ही मेरे वर्गे बंदे नूं उन्हें हमेशा ही सीध दित्ती है
मेरी बहुत पुरानी एसोसीएशन जदों वो जलंधर दे विच आए तो उदों कुछ बंद उन्होंने मिल गए सी जिन्हां दे विचों मैं एक सीगा और मैनू इस गल का माण आ कि उन्होंने जलंधर दे विच आके एक बहुत वड्डा नाम खटिया। चले सब ने जाना लेकिन उन्होंने जाण दा बहुत दुख है, सोग है, अफसोस है। असी यही समझते हैं कि एक अच्छे पत्रकार की जिहड़ी जान दे नाल बहुत वड्डा एक खला जिहड़ा पत्रकार दा पिया, परमात्मा इसनू पूरा करे। सरदार मेजर सिंह जी एक बहुत ही नेक इंसान सन और बहुत तजर्बेकार पत्रकार सन और पंजाब के मुद्दों के उत्ते, पंथक मुद्दों के उत्ते बहुत वड्डी उन्होंने पकड़ सी और पंजाब दे नाल पंजाबी दे नाल पंजाबियत दे नाल बहुत वड्डी कमिटमेंट सी। सो समझदा कि एडे जड़े मच्योर पत्रकार दे जाण दे नाल सारे पत्रकार जगत नूं बहुत वड्डा घाटा पिया, अदारा अजीत नूं बहुत वड्डा घाटा पिया, सरदार बजिंदर सिंह हमदर्द होरां नूं बहुत वड्डा घाटा पिया। सो मेरी परमात्मा अगे अरदास है कि उन्हां नूं अपने चरणों के निवास बख्शे। ये जिहड़ा सरदार मेजर सिंह दे जाण दा जिथे समाज नूं घाटा पिया उत्थे बहुत एक डूंघाई नाल कलमबंद करन वाला व्यक्ति पंजाब दे हर मसले नूं, पंजाबीयत दे हर मसले नूं, और मैं समझदा भी जिथे उन्हां दा घाटा पिया उत्थे अजीत अदारे नूं भी, क्योंकि अजीत अदारे नाल उह जुड़े होए सी ते उहदा भी किते ना किते नुकसान होया। ते साढ़े सारिआं वल्लों परमात्मा दे चरणां 'च इही अरदास बेनती है कि उस विछड़ी होई रूह नूं अपने चरणां 'च निवास बख्श। मेजर सिंह जिहड़े बहुत वड्डे नामवर पत्रकार सन और पत्रकारी प्रतिबद्धता वाले पत्रकार सन जिन्होंने सारी जिंदगी पत्रकारी का रोल बहुत बखूबी निभाया और वड्डी गल ये आ भी वो सच्चाई के आधार के उत्ते ही पत्रकारी करते रहे हैं। किसी किस्म के लालच तो बिना जो पत्रकार का रोल हुंदा समाज विच कि समाज दी बुराइयां नूं उड़ा के पेश करना और लोगों के हितों की गल करनी, मैं समझदा कि इहदे विच मेजर सिंह का सानी बहुत थोड़े लोग आ। ते अज दे समें च जिद्दां उहने पत्रकारी करदिआं होइआं खतरे भी मुल है, बहुत सारे लोगों का अखां दा विचों रड़के भी है, पर उन्होंने बड़ी निडरता नाल इहदा पहरा दित्ता। उन्होंने तुर जाण नाल सानूं बहुत वड्डा घाटा, सारे पंजाब नूं नहीं, पत्रकार नूं नहीं, बल्कि जिहड़े पढ़न वाले अखबारां आ उन्हां नूं बहुत वड्डा घाटा है। अज मेजर सिंह जी दी अंतम अरदास विच शामिल होण वास्ते आए सी, उन्हां दे इक वेले जाण दा बहुत ही डूंघा दुख है। दुख इस करके भी है, निजी तौर पर असीं आपस दे विच पिंडां दे गुआंढी भी सी और चढ़दी जवानी वेले विचारां दी विभिन्नता दे बावजूद बहुते विचारां दी सांझ भी सी, बड़ा मिलदे रहे आपस दे विच, विचार वटांदरा करदे रहे। फिर एक इस तरह दे उच्च कोटी दे पत्रकार दा समय तो पहलां चले जाना बहुत ही दुख वाली गल है, जिहनूं बर्दाश्त करना बड़ा औखा है। और इन्होंने सारी उम्र बड़ी प्रतिबद्धता दे नाल अजीत दे नाल अपनी वफादारी निभाई है और अजीत ने जो पत्रकारिता के खेत्र में रुकावटां कीमतां स्थापित कीतियां, पंजाबी पंजाबीयत ते उस ते पहरा देण दीआं, धर्म निरपक्षता ते पहरा देण दीआं, उन्हां दीआं कदरां कीमतां दे उपर पहरा दिंदे होए इन्हां ने बड़ी निरपक्ष तरीके की पत्रकारी की। और देश दे विच जदों भी किते कोई क्रूशल स्थिति आउंदी जिस दी एक बड़ी शानदार तरीके की रिपोर्टिंग करनी जरूरी हुंदी तां भाज उचेचे तौर पर इन्हां दीआं सेवावां की वरतों करदे सी। इन्हां ते उन्हां नूं बड़ा माण सी कि इस थान ते अगर कोई सही पत्रकारी कर सकदा तो सरदार मेजर सिंह ने। सो जिहड़ा हर नाजुक समें च चाहे अयोध्या का सवाल होवे, चाहे आ हुण सिंघू बार्डर ते जिथे किसान धरने ते बैठे है, चाहे इन्हां दे अंदोलन नूं कवर करन दा सवाल होवे, चाहे होर इस तरह के किते जदों नाजुक राजनीतिक कोई परिस्थितियां किते उत्पन्न होईआं होण, उत्थे सरदार मेजर सिंह जी ही अपनियां जिम्मेवारियां निभाउंदे सी। सरदार मेजर सिंह जी जिहड़े कि पत्रकार दी दुनिया विच साढ़े तो विछोड़ा दे गए ने, अज असीं उत्थे इकत्तर होए हैं। मैं मेजर सिंह बारे दसना चाहुंदा हां, मेजर सिंह जी बहुत ही सुलझे और बहुत ही धार्मिक ख्यालां दे भी व्यक्ति सन। उन्होंने हमेशा धर्म दे नाल जुड़ के लोक हित लई भी काम किया। कोविड-19 विच उन्होंने बहुत ज़्यादा काम साढ़े नाल मिल के किया। प्रभु वाहेगुरु हमेशा ही इहो जे परसन नूं बार बार धरती 'च भेजन जिहड़े कि समाज सेवा लोक हित लई काम करन। वाहेगुरु जी का खालसा, वाहेगुरु।